40 ਸਾਲਾਂ ਦੀ ਘੋੜੀ, ਹਾਂਜੀ ਅੱਗੇ ਕਟਿਆਂ ਵਾਲਾ ਰੌਲਾ ਪਿਆ ਹੋਇਆ ਤੇ ਹੁਣ 40 ਸਾਲ ਵਾਲੀ ਘੋੜੀ ਦਾ ਰੌਲਾ ਪੈ ਜਾਣਾ ਹੈ। ਗੱਬਣ ਘੋੜੀ ਕਹ ਲਈਏ, ਖਾਲੀ ਹੈ ਗੱਬਣ ਮਾਸ਼ਾਅੱਲਾ ਸ਼ੌਕ ਕਰੋ ਦੋਸਤੋ ਘੋੜੀ ਦਾ। ਅਸਲਾਮ ਵਾਲੇਕੁਮ ਵੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਹੈਗੀ, ਉਮੀਦ ਕਰਾਂਗੇ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ ਅੱਜ ਕੋਈ ਪਲੈਨ ਕੋਈ ਨਹੀਂ ਸੀ ਆਇਆ, ਲੇਕਿਨ ਯਾਸਰ ਦਾ ਕੋਈ ਦੋਸਤ ਹੈ, ਉਹਨਾਂ ਦਾ ਕੋਈ ਵਛੇਰਾ ਫਾਰ ਸੇਲ ਹੈ, ਅਮੀਪੁਰ ਤੋਂ ਅੱਗੇ ਪਿੰਡ ਹੈ, ਅਮੀਨਪੁਰ ਤੋਂ ਅੱਗੇ, ਉਹ ਵਛੇਰੇ ਦੀ ਵੀਡੀਓ ਕਰਨੀ ਹੈ। ਯਾਸਰ ਵੀ ਅੱਜ ਚੜੀ ਦੇਣੀ ਹੈ ਘੋੜਿਆਂ ਨੂੰ, ਮੇਰਾ ਦਿਲ ਆਈ ਵੀ ਮੈਂ ਉਹਦੀ ਵੀ ਵੀਡੀਓ ਅੱਜ ਕਰਾਈ, ਬਈ ਘੋੜਾ ਮੇਲੇ ਵਾਸਤੇ ਕਿਵੇਂ ਤਿਆਰ ਕੀਤਾ ਜਾਂਦਾ। ਖੈਰ ਮੈਂ ਕੋਸ਼ਿਸ਼ ਕਰ ਸਾਂ, ਅਗਰ ਉਹ ਚੜੀ ਕਰਦਾ ਪਿਆ ਹੋਇਆ ਤਾਂ ਮੈਂ ਆ ਜਾ ਸਰ ਮਿਸਾਲਾਂ ਦੇਣ ਆਈ ਖੂਨੀ ਸਰਿਆਲੇ ਬਾਊ ਜੱਟ ਦੇ ਘੋੜਿਆਂ ਵਾਸਤੇ। ਬਾਊ ਜੱਟ ਆਪ ਕੋਰੀਆ ਨੇ ਪਾਈ ਨੇ ਆਪਣੇ, ਅਤੇ ਖਤਮ ਹੋਇਆ ਹੋਈ ਉਹਨਾਂ ਦੇ ਘਰ ਪਹੁੰਚਾਉਣਾ ਸੀ, ਉਹ ਪਹੁੰਚਾਉਣਾ। ਯਾਸਰ ਕੋਲ ਜਾਂਦੇ ਹਾਂ, ਉਹਦੇ ਕੋਲ ਐਡਰੈਸ ਲੈਂਦੇ ਹਾਂ, ਨਿਕਲਦੇ ਹਾਂ। ਕੀ ਖਿਆਲ ਹੈ? ਠੀਕ ਹੈ। ਤਬੀਅਤ ਕਿਵੇਂ ਹੀ ਹੁਣ? ਠੀਕ ਹੈ। ਹਾਂ, ਤੇਰੀ ਤਬੀਅਤ? ਠੀਕ ਠਾਕ। ਹਾਂ, ਖਰਾਬ ਤਾਂ ਨਹੀਂ ਤੇਰੀ ਤਬੀਅਤ? ਹਾਂ ਜੀ ਦੋਸਤੋ, ਯਾਸਰ ਦੇ ਕੋਲ ਮੈਂ ਆ ਗਿਆ, ਦੇਖ ਮੈਂ ਨਵੀਂ ਚੀਜ਼ ਵੇਖੀ ਹੈ, ਅੱਗੇ ਵਹਿੰਦੇ ਹੁੰਦੇ ਆਈ ਅੱਜ ਆਪਣੇ ਥਾਂ 'ਤੇ ਹੀ ਆ ਗਈਆਂ ਨੇ ਮਾਸ਼ਾਅੱਲਾ। ਹੈ ਪਲਾਸਟਿਕ ਮੈਟ, ਵਾਹ ਟਿਵਾਣਾ ਸਾਹਿਬ, ਇਹ ਤਰੱਕੀ ਹੋ ਗਈ ਹੈ। ਹਾਂ ਜੀ, ਇਹ ਜ਼ਰੂਰੀ ਚੀਜ਼ ਆਈ, ਘੋੜਿਆਂ ਨੇ ਸੌਂਬ ਜਿਹੜੇ ਨਾ ਉਹਨਾਂ ਨੇ ਸੈੱਟ ਹੋ ਗਿਆ। ਅੱਛਾ, ਉਹ ਗੂੰ ਇੱਦਾਂ ਖੁਰਲੀ ਦੇ ਵਿੱਚ ਮਾਰ ਮਾਰ ਕੇ, ਅਤੇ ਤੈਨੂੰ ਪੱਕਾ ਫਰਾ ਛੰਦਰ ਵੀ ਬਾਹਰ ਵੀ, ਉਹ ਹੈ ਡੁੱਗਾਂ ਛਿਲੀਆਂ ਗਈਆਂ ਘੋੜਿਆਂ ਦੇ ਕੋਲ, ਉਸ ਵਿੱਚ ਨਿਸ਼ਾਨ, ਉਹ ਨਿਸ਼ਾਨ ਪੈ ਪੈਂਦੇ ਨੇ ਨੁਕਰਿਆਂ ਨੂੰ, ਖਾਸ ਤੌਰ 'ਤੇ ਨੁਕਰਿਆਂ ਨੂੰ ਜ਼ਿਆਦਾ ਪਾਉਂਦੇ, ਅਤੇ ਇਸ ਵਜ੍ਹਾ ਤੋਂ ਫਿਰ ਮੈਂ ਇਹ ਲੈਣ ਨੂੰ। ਅੱਛਾ, ਅੱਗੇ ਇਸਲਾਮਾਬਾਦ ਕਰਾਚੀ ਨੂੰ ਮਿਲਦੇ ਹਾਂ, ਹੁਣ ਫੈਸਲਾਬਾਦ ਤੋਂ ਪਤਾ ਕੀਤਾ, ਉੱਥੇ ਮਿਲ ਗਿਆ ਫੈਸਲਾਬਾਦ ਤੋਂ ਮਿਲ ਗਿਆ। ਹਾਂਜੀ, ਜਾਣਾ ਕਿੱਥੇ ਭਲਾ? ਜਾਣਾ ਤੂੰ ਜਾਣਾ, ਮੈਂ ਤਾਂ ਜਾਣਾ ਕੋਈ ਨਹੀਂ। ਕਿਹੜੀ ਜਾਤ ਜਾਣਾ? ਜਾਂਗਲੋ, ਅਮੀਪੁਰ, ਅਮੀਪੁਰ ਜਾਂਗਲੋ, ਜਾਂਗਲੂ ਤੋਂ ਅੱਗੇ ਕਿਤਨਾ ਸਫ਼ਰ ਹੈ? ਜਾਂਗਲੂ ਅੱਗੇ 2 ਕਿਲੋਮੀਟਰ, 2-3 ਕਿਲੋਮੀਟਰ ਮੇਨ ਰੋਡ 'ਤੇ ਆ ਵੈਸੇ, ਲੜਕਾ ਲੈ ਵੈਸੇ। ਚਲੋ ਮੈਨੂੰ ਉਹਦਾ ਨੰਬਰ ਦੇ, ਮੈਂ ਜਾਂਦਾ। ਵਛੇਰਾ ਕੁ ਵੱਲ ਹੈ? ਆ ਵਛੇਰਾ ਚੰਗਾ, ਮੁਸ਼ਕਿਲ ਵਛੇਰਾ, ਬੜਾ ਅੱਛਾ ਵਛੇਰਾ। ਅੱਛਾ, ਬੜਾ ਤਰੀਕਾ। ਚਲੋ ਟਿਵਾਣਾ ਸਾਹਿਬ, ਕਿਹੜਾ ਘੋੜਾ ਤਿਆਰ ਕੀਤਾ ਹੋਇਆ ਨੇ ਮੇਲੇ ਵਾਸਤੇ? ਮੁਸ਼ਕਾ, ਮੁਸ਼ਕਾ। ਅੱਛਾ, ਨੁਕਰਾ ਜੀ ਨੇ ਤਿਆਰ ਕੀਤਾ। ਮਾਸ਼ਾਅੱਲਾ, ਤੇ ਮੇਰਾ ਦਿਲ ਆਈ ਮੈਂ ਵੀਡੀਓ ਬਣਾ ਵੀ ਆ ਯਾਰ, ਘੋੜ ਮੇਲੇ ਦੀ ਤਿਆਰੀ ਕਿਵੇਂ ਹੁੰਦੀ ਹੈ, ਘੋੜਾ ਕਿਵੇਂ ਤਿਆਰ ਕੀਤਾ ਜਾਂਦਾ। ਉਹ ਯਾਰ ਬਣਾ ਵੀ ਹੈ, ਕੱਲ੍ਹ ਬਣਾਈਏ, ਕੱਲ੍ਹ ਬਲ ਕੇ ਮੰਡੀ ਹੈ ਤਾਂਦਰੇ ਵਾਲਾ, ਮੈਂ ਉੱਧਰ ਵੀ ਜਾਣਾ। ਚਲੋ ਬਾਰਕ, ਮਾਸ਼ਾਅੱਲਾ ਸੋਹਣਾ ਨੁਕਰਾ ਹੈ ਜੀ, ਮੱਝ ਵੀ ਚੰਗੀ ਹੈ ਤੇਰੀ। ਹਾਂ ਜੀ ਦੋਸਤੋ, ਸਾਡਾ ਸਾਬਕਾ ਦਫ਼ਤਰ ਆ ਗਿਆ, ਇੱਥੇ ਮੰਡੀ ਪਹਿਲੇ ਲੱਗਦੀ ਹੈ ਜੀ। ਐਸਾ ਮੰਡੀ ਦਾ ਬੇੜਾ ਗਰਕ ਕੀਤਾ ਨੇ ਕਿ ਹੁਣ ਵੈਸੇ ਹੀ ਹਰ ਚੀਜ਼ ਇਨਕਾਰੀ ਹੋਈ ਹੈ, ਉੱਥੇ ਮਾਲ ਲਿਆਉਣ ਦੀ ਵਜ੍ਹਾ ਚਲੀ ਗਈ ਹੈ ਸਾਰੀ।
ਵਜ੍ਹਾ ਸੇ ਖਰਾਬ ਹੋ ਗਈ। ਸਾਡੇ ਵੀ ਹਾਲਾਤ ਵੇਖ ਲਓ ਵੀ ਅਸੀਂ ਕਿਹੋ ਕਿਹੋ ਜਿਹੀ ਜਗ੍ਹਾ ਦੇ ਉੱਤੇ ਸਫ਼ਰ ਕਰਦੇ ਹਾਂ। ਘੋੜੇ ਲੱਭਣੇ ਤਾਂ ਸੌਖਾ ਕੰਮ ਹੈ। ਹਾਂਜੀ ਦੋਸਤੋ, ਹੈਬੂ ਆਣੇ ਮੈਂ ਆ ਗਿਆ ਔਰ ਵਛੇਰੇ ਦੀ ਵੀਡੀਓ ਮੈਂ ਕਰ ਲਈ ਹੈ ਇਹਨਾਂ ਦੀ ਪਿੰਡ ਚੌਂਤੀ ਵਾਸਤੇ। ਹੁਣ ਤੁਹਾਨੂੰ ਵਛੇਰੇ ਨੂੰ ਨਜ਼ਰ ਮਰਾ ਦਿੰਦੇ ਹਾਂ। ਫੋਰਡ ਵੀ ਪੁਰਾਣਾ ਇੰਨਾ ਕੁੱਖਦਾ ਹੈ। ਇਹ ਵਛੇਰਾ ਇਹਨਾਂ ਦਾ। ਕਿਤਨੀ ਉਮਰ ਕਿਤਨੀ ਦੱਸੀ ਆ? 20 ਮਹੀਨੇ। 20 ਮਹੀਨੇ ਉਮਰ। ਤੇਲੀਆ ਕੁਮੈਦ ਰੰਗ ਹੈ ਇਹਦਾ। ਡਿਟੇਲ ਇਹਦੀ ਪਿੰਡ ਚੌਂਤੀ ਦੇ ਉੱਤੇ ਅਵੇਲੇਬਲ ਹੈ, ਉੱਥੋਂ ਤੁਸੀਂ ਲੈ ਸਕਦੇ ਹੋ। ਕੀਮਤ ਵਗੈਰਾ ਜੋ ਕੁਝ ਵੀ ਹੈ। ਇਹਦੀ ਮਾਂ ਤਾਂ ਕੱਢ ਕੇ ਲਿਆ ਵਾਲਾ ਨੇੜੇ ਖਲੀਏ। ਚਲੋ ਲੈ, ਚਲੋ ਜੀ ਇਹਦੀ ਮਾਂ ਵੇਨੇ ਆ। 40 ਸਾਲਾਂ ਦੀ ਘੋੜੀ ਹੈਂਜੀ। ਅੱਗੇ ਕੱਟਿਆਂ ਵਾਲਾ ਰੌਲਾ ਪਿਆ ਹੋਇਆ ਤੇ ਹੁਣ 40 ਸਾਲ ਵਾਲੀ ਘੋੜੀ ਦਾ ਰੌਲਾ ਪੈ ਜਾਣਾ ਵੀ ਗੱਬਣ ਘੋੜੀ ਕਲੀਏ। ਹੈਂ, ਕੀ ਖਿਆਲ ਹੈ? ਇਹ ਬੱਚੀ ਲੈ ਕੇ ਪਾਲੀ ਆਇਆ, ਕੀ ਕੀਤਾ? ਘਰ ਦੀਆਂ ਗੋੜੀਆਂ। ਤੁਹਾਡੇ ਕੋਲ ਪੁਰਾਣੀਆਂ ਗੋੜੀਆਂ ਆਉਂਦੀਆਂ ਬਈ? ਪੁਰਾਣੀ ਨਸਲ ਚੱਲਦੀ ਆਉਂਦੀ। ਕਿਤਨੀਆਂ ਗੋੜੀਆਂ ਨੇ ਘਰ ਦੀਆਂ ਤੁਹਾਡੇ ਕੋਲ? ਘਰ ਦੀਆਂ ਇਸ ਟਾਈਮ 6 ਖਲੋਤੀਆਂ। ਕਿਤਨੀਆਂ ਖਲੀਆਂ ਜੀ ਬਜ਼ੁਰਗੋ? 6 ਖਲੋਤੀਆਂ। ਇੱਥੇ ਖਲੀਆਂ ਹੋਈਆਂ ਕਿਤੇ ਨੇੜੇ ਜਾਂ ਇੱਥੇ? ਇੱਥੇ ਕੋਈ ਵਿਖਾ ਸਕਦੇ ਹੋ? ਸਾਰੀਆਂ ਵੇਖ ਲਓ। ਚਲੋ ਵਿਖਾਓ ਭਲਾ, ਆਓ ਜੀ। ਅੱਛਾ ਦੋਸਤੋ, ਮੈਂ ਚਨੀਓੜ ਦਾ ਨਾ ਇੱਕ ਦੂਰ ਦਰਾਜ਼ ਹੈ, ਪਿੰਡ ਹੈ, ਦੂਰ ਦਰਾਜ਼ ਡੇਰਾ ਹੈ, ਉੱਥੇ ਮੌਜੂਦ ਹੈਗਾ। ਮਾਸ਼ਾਅੱਲਾ ਬੜਾ ਬਿਹਤਰੀਨ ਸੋਹਣਾ ਇਹਨਾਂ ਘਰ ਬਣਾਇਆ। ਪਾਈ, ਇਹ ਘਰ ਤੁਹਾਡਾ? ਅੱਛਾ ਅੱਛਾ, ਸਾਡੇ ਵਾਲੇ ਪਾਸੇ ਪਤਾ ਕੀ ਰਿਵਾਜ਼ ਹੈ? ਵੀ 4 ਪੈਸੇ ਚੰਗੇ ਆ ਜਾਵੇ ਨਾ, ਸਵਾਣੀਆਂ ਆਉਂਦੀਆਂ, ਬਸ਼ਹਿਰ ਘਰ ਬਣਾ ਲਵੇ। ਇਹ ਹਕੀਕਤ ਹੈ ਜੀ। ਅਤੇ ਤੁਸੀਂ ਮਾਸ਼ਾਅੱਲਾ ਡੇਰੇ ਦੇ ਉੱਤੇ ਰੌਣਕ ਲਾਈ ਹੋਈ ਹੈ, ਬੜੀ ਗੱਲ ਹੈ ਜਨਾਬ। ਬੜੀ ਖੁਸ਼ੀ ਹੋਈ ਹੈ ਵੇਖ ਕੇ ਵੀ ਯਾਰ ਨਾ ਡੇਰੇ ਦੇ ਉੱਤੇ ਬੜੀ ਅੱਛੀ ਰੌਣਕ, ਔਰ ਮਾਸ਼ਾਅੱਲਾ ਸੋਲਰ ਪੈਨਲ ਵਾਹੀਆਂ ਹੈ ਜੀ। ਮਤਲਬ ਪੁਰਸਕੂਨ ਮਾਹੌਲ ਹੈ, ਮੁਤਮਈਨ ਹੋ ਤੁਸੀਂ ਇੱਥੇ। ਬੱਚੇ ਵੀ ਤੁਹਾਡੇ ਪੜ੍ਹਦੇ ਪਏ? ਅੱਛਾ, ਤੇ ਇੱਥੇ ਕਿੱਥੇ ਜਾਂਦੇ ਨੇ ਬੱਚੇ ਤੁਹਾਡੇ? ਅਮੀਪੁਰ ਬੰਗਲੇ ਜਾਂਦੇ ਨੇ? ਹਾਂ, ਨਹੀਂ ਅਮੀਪੁਰ ਬੰਗਲੇ ਅੱਛੇ ਸਕੂਲ ਹੈ ਬੱਚੇ ਸਾਡੇ ਜੀ, ਕੈਡਟ ਕਾਲਜ ਮਰੀ ਵੀ ਪੜ੍ਹਦੇ। ਅੱਛਾ, ਇੱਥੇ ਬਸਿਰੋ ਭਾਈਨਾ ਸਕੂਲ ਹੈ? ਹਾਂਜੀ, ਤਲੀਮ ਨਾਲ ਅਸੀਂ ਬੜਾ ਪਿਆਰ ਕਰਦੇ ਹਾਂ। ਅੱਛਾ, ਕੋਸ਼ਿਸ਼ ਕਰਦੇ ਹਾਂ ਬੱਚੇ ਅੱਛੀ ਤਲੀਮ ਹਾਸਲ ਹਾਸਲ ਕਰੇ। ਲੇਕਿਨ ਤੁਸੀਂ ਆਪਣੀ ਜੂ ਨਹੀਂ ਛੱਡੀ, ਤੁਸੀਂ ਆਪਣਾ ਡੇਰਾ ਨਹੀਂ ਛੱਡਿਆ? ਜੂ ਨਹੀਂ ਛੱਡੀ, ਪਲਾੜ ਸਾਡੇ ਸ਼ਹਿਰ ਵੀ ਆਏ। ਰਿਹਾਇਸ਼ ਨਹੀਂ ਲੈ ਕੇ ਗਏ। ਚਲੀਏ ਜੀ ਗੋੜੀਆਂ ਤੇ। ਚਲੋ ਜੀ, ਕੀ ਆਂਦੇ ਹੋ? ਬੜਾ ਰੂਝ ਆ ਗੋੜੀ ਤੇ। ਕੀ ਤੁਸੀਂ ਕੀ ਦੱਸਦੇ ਪਿਆ ਜੀ? ਇੱਥੇ ਕੋਈ 100 ਗੋੜੀਆਂ ਜੀ ਮੁਕਾਬਲੇ 'ਚ ਬੰਦੇ ਆ, ਬੜੀ ਕੋਸ਼ਿਸ਼ ਕੀਤੀ। ਅੱਛਾ, ਘੋੜੀਆਂ ਦੀ ਚੋਰੀ ਨਹੀਂ ਰਹਿੰਦੀ ਘੋੜੀ। ਅਗਲੇ ਦੇ ਪਿਛਲੇ ਦਿਨਾਂ ਜੇ ਚੋਰੀ ਹੋਈ, ਉਹਦੀ ਵੀਡੀਓ ਲਾਈ ਹੈ ਅਲਹਮਦੁਲਿਲਾ। ਥੋੜੇ ਦਿਨਾਂ ਤੋਂ ਬਾਅਦ ਘੋੜੀ ਕਿਸੇ ਜਗ੍ਹਾ ਤੋਂ ਲੱਭੀ ਹੈ, ਵਛੇਰੀ ਕਿਸੇ ਜਗ੍ਹਾ ਤੋਂ ਲੱਭੀ ਹੈ, ਲੱਭ ਜਾਂਦਾ ਜਾਨਵਰ। ਹਾਂਜੀ,
ਅੱਜ ਦੋਸਤੋ ਇੱਕ ਹੋਰ ਡੇਰੇ 'ਤੇ ਜਾਂਦੇ ਪਏ ਜਿੱਥੇ ਇਹਨਾਂ ਦੀਆਂ ਗੋਲੀਆਂ ਖਲੋਤੀਆਂ ਹੋਈਆਂ ਅਤੇ ਬੜੀ ਪੁਰਾਣੀ ਬਰੇਡ ਇਹਨਾਂ ਦੱਸੀ ਆ ਵੀ ਸਾਡੇ ਕੋਲ ਮੌਜੂਦ ਹੈ ਅਤੇ ਮੈਂ ਜ਼ਰੂਰੀ ਸਮਝਿਆ ਵੀ ਦੋਸਤਾਂ ਦਾ ਚੇਅਰ ਕੀਤਾ ਜਾਵੇ ਔਰ ਹੈ ਵੀ ਸਾਰਾ ਕੱਚਾ ਰਸਤਾ ਕੋਈ ਨਹੀਂ ਖੈਰ ਹਾਂਜੀ ਦੋਸਤੋ ਸ਼ੌਕ ਕਰੋ ਜਨਾਬ ਪੁਰਾਣੇ ਰਵੇ ਦੀਆਂ ਕੌੜੀਆਂ ਦਾ ਹੈ ਜੀ 40-45 ਸਾਲਾਂ ਬਰੀਡ ਇਹਨਾਂ ਕੋਲ ਅੱਛਾ ਇਹ ਵੀ ਤੁਹਾਡੇ ਘਰ ਦੀ ਕੌੜੀ ਹੈ ਹਾਂਜੀ ਇਹਦੀ ਕੀ ਉਮਰ ਹੈ ਕੌੜੀ ਦੀ ਛੇ ਸਾਲ ਹੈ ਇਹਦੀ ਉਮਰ ਚਲੋ ਮਾਸ਼ਾਅੱਲਾ ਸ਼ੌਕ ਕਰੋ ਦੋਸਤੋ ਕੌੜੀ ਦਾ ਖੈਰ ਕੌੜੀ ਕੌੜੀ ਹੈ ਜੀ ਪਿਛਲੀ ਜੋੜੀ ਧੋਤੀ ਹੋਈ ਹੈ ਰੰਗ ਕੱਕਾ ਮੱਥੇ ਪਟਾ ਗੱਬਾਂ ਨੇ ਖਾ ਲਈਏ ਇਹ ਕਿਤਨੇ ਮਹੀਨੇ ਦੀ ਗੱਬਾਂ ਕਿਹੜੇ ਘੋੜੇ ਤੋਂ ਮਾ ਜਾਣਨਾ ਚੜ੍ਹਦੇ ਚੁੜਦੇ ਕੋਈ ਨਾ ਘੋੜੀਆਂ 'ਤੇ ਉਹਦੀ ਕੀ ਉਮਰ ਹੈ ਗੋੜੀ ਦੀ ਅੱਛਾ ਇਸ ਗੋੜੀ ਦੀ ਮਾਂ ਭੈਣ ਹੈ ਇਹ ਉਸ ਵੱਡੀ ਗੋੜੀ ਦੀ ਔਲਾਦ ਤਾਂ ਨਹੀਂ ਹੈ ਨਹੀਂ ਜੀ ਵੱਡੀ ਗੋੜੀ ਦੇ ਨਹੀਂ ਅੱਛਾ ਵੱਡੀ ਗੋੜੀ ਦੇ ਦੂਰ ਹੋ ਰਹਿਣਾ ਅੱਛਾ ਅੱਛਾ ਇਹ ਖਾਲੀ ਹੈ ਗੱਬਣ ਹੈ ਇਹ ਗੱਬਣ ਹੈ ਉਮਰ ਕੀ ਦੱਸੀ ਹੈ ਇਹ ਇਹਦੀ ਇਹਦੀ ਉਮਰ ਹੈ ਤਕਰੀਬਨ ਇਹਦੀ ਵੀ 6 ਸਾਲ ਉਮਰ ਹੈ 6 ਸਾਲ ਹਾਂਜੀ ਹੂੰ ਲਾਦੂ ਨਿਕਲੀ ਹੋਈ ਹੈ ਬਲਾ ਇਹ ਟੋਰੇ ਬਾਜ਼ ਹਾਂਜੀ ਕਿਤਨੇ ਮਹੀਨੇ ਦੀ ਗੱਬਣ ਹੈ ਇਹਨੂੰ 3 ਮਹੀਨੇ ਹੋ ਗਏ 3 ਮਹੀਨੇ ਜਾਂ 4.5 ਮਹੀਨੇ 4.5 ਮਹੀਨੇ ਚੈੱਕ ਕੋਈ ਨਹੀਂ ਕਰਾਈ ਕਰਵਾਈਏ ਚੈੱਕ ਜੀ ਅੱਛਾ ਕਨਫਰਮ ਗੱਬਣ ਹੈ ਜਾਂ ਕਨਫਰਮ ਗੱਬਣ ਹੈ ਅੱਛਾ 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 ਚਲੋ ਇਹ ਤਾਂ ਸਹੀ ਹੈ ਨਾ ਕਨਫਰਮ ਗੱਬਣ ਗੋੜੀ ਯਾਰ ਇੱਕ ਸਵਾਲ ਅਕਸਰ ਮੇਰੇ ਤੇ ਹੋ ਜਾਂਦਾ ਮੋੜ ਭਈ ਇਹ ਮਾਲ ਜਿਹੜਾ ਵੀ ਕਹਿੰਦੇ ਪਏ ਇਹਨਾਂ ਦੇ ਵਿੱਚੋਂ ਤਾਂ ਕੋਈ ਨਹੀਂ ਵੇਚਣ ਵਾਲੀ ਕੋਈ ਗੋੜੀ ਖਲੀ ਹੋਈ ਤੁਹਾਡੇ ਕੋਲੋਂ ਚਲੋ ਮੈਂ ਪੁੱਛ ਹੀ ਲਵਾਂ ਮਾਲਕ ਹੈ ਬਣਦੀ ਤਾਂ ਜ਼ਿਆਦਾ ਹੀ ਹੈ ਵੀ ਚਲੋ ਸ਼ੌਕ ਵੀ ਕਹਿੰਦੇ ਵੀ ਕਹਿੰਦੇ ਅਗਲੇ ਬੰਦੇ ਨੂੰ ਆਗ ਲੈਂਦਾ ਯਾਰ ਕੁਝ ਵੇਚ ਲਓ ਇਹ ਹਾਲੀ ਇਹ ਤਾਂ ਕਾਦ ਕਿਤਨਾ ਕੁ ਬਣਦਾ 61 ਇੰਚ ਤੇ ਅੱਗੇ ਵੀ ਕੋਈ ਸੂਆ ਸੂਈ ਹੋਈ ਹੈ ਦੋ ਸੂਏ ਚਲੋ ਮਾਸ਼ਾ ਅੱਲਾ ਦੇਸੀ ਗੋੜੀ ਹਾਂਜੀ ਦੋਸਤੋ ਅੱਛਾ ਸ਼ੌਕ ਹੋ ਗਿਆ ਘੋੜੀਆਂ ਤੁਸੀਂ ਵੇਖ ਲਈਆਂ ਨੇ 40-42 ਸਾਲ ਦੀ ਘੋੜੀ ਤੁਸੀਂ ਵੇਖ ਲਈਏ ਇਹ ਘੋੜੀ ਅਸੀਂ ਵੇਖੀ ਆਈ ਲਓ ਖੋਖਰਾ ਅਮੀਰ ਸ਼ਾਹ ਦੀ ਅਤੇ ਉਹ ਕਾਫੀ ਏਜਡ ਘੋੜੀ ਉਹਨਾਂ ਵਿਖਾਈ ਹੈ ਕੋਈ 50 ਸਾਲ ਏਜ ਹੈ ਲੇਕਿਨ ਅੱਜ 40-42 ਸਾਲ ਦੀ ਘੋੜੀ ਇਹਨਾਂ ਦੇ ਬਕੌਲ ਹੈ ਮਾਸ਼ਾਅੱਲਾ ਦੁਬਾਰਾ ਸ਼ੌਕ ਕਰੋ ਅਤੇ ਨਿਕਲੀਏ ਫਿਰ ਹਾਂਜੀ ਬੱਚੇ ਵੀ ਇੰਜੋਏ ਕਰ ਰਹੇ ਨਾ ਛੁੱਟੀ ਹੈ ਅਸੀਂ ਵੀ ਇੰਜੋਏ ਕਰ ਲਿਆ ਚੰਗਾ ਸ਼ੌਕ ਹੋ ਗਿਆ ਹਾਲਾਂਕਿ ਗੈਰ ਮੁਤਵੱਕਾ ਤੌਰ ਦੇ ਉੱਤੇ ਸ਼ੌਕ ਹੋਇਆ ਕੋਈ ਇਰਾਦਾ ਕੋਈ ਨਾ ਨਿਕਲਣ ਦਾ ਕਿਸੇ ਪਾਸੇ ਚਲੀਏ ਭਾਈ ਚਲੋ ਜੀ ਵਾਹ ਘੋੜੀ ਵਾਹ
ਇਹ ਕੀ ਉਮਰ ਹੈ ਘੋੜੀ ਦੀ? ਇਸ ਘੋੜੀ ਦੀ ਕੀ ਉਮਰ ਹੈ? ਘੋੜੀ 4 ਲੱਗੀ ਹੋਈ। 4 ਲੱਗੀ ਹੋਈ ਹੈ। ਲੱਗੀ ਹੋਈ ਹੈ, ਸਾਵਾ ਰੰਗ ਹੈ। ਗੱਬਣ ਹੈ ਖਾਲੀ? ਕਿਤਨੇ ਮਹੀਨੇ ਦੀ? ਇਹ ਹੈ 3 ਕੁ ਮਹੀਨੇ ਦੀ ਗੱਬਣ। 3 ਮਹੀਨੇ ਦੀ ਆਪਣੇ ਕਿਸੇ ਘੋੜੇ? ਹਾਂਜੀ ਆਪਣੇ ਘੋੜੇ। ਕੋ ਅੱਗੇ ਵੀ ਸੂਆ ਸੂਈ ਹੈ? ਅੱਗੇ ਸੂਆ ਸੂਈ। ਚਲੋ ਮਾਸ਼ਾਅੱਲਾ। ਚੜਦੇ ਚੜਦੇ ਹੋ ਇਹਦੇ ਤੇ? ਹਾਂਜੀ ਚੜਦੇ ਹਾਂ। ਬਿਹਤਰ ਹੋ ਗਿਆ, ਚਲੀਏ ਜੀ। ਆ ਜਾਓ ਤੇ ਪਿਛੇ ਚੋਰ ਘੋੜੀ ਲੱਗ ਕਰਾ। हाँ जी दोस्तों, डेरे ते वापस आ गए। एक घोड़ी होर आ गई है, ये भी काफ़ी एजड घोड़ी है इन्हों को, तो इन्हों भी नज़र मारो। फेरो जी घोड़ी ने, भला अं फेरो। इत बस 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 बाबा ये सोम शोम कोई ना बनवाया सही तरीके नाल मिलने लगा। हाँ हाँ जी दोस्तों, अच्छा शौक हो गया। ये भी घोड़ी, ये कितनी बाबा उम्र है घोड़ी दी? ਮਤਲਬ ਤੁਹਾਡੇ ਘਰ ਦੀਆਂ ਗੋੜੀਆਂ? ਅੱਗੇ ਸਾਰੀ ਉਮਰ ਮੁੜਫਾ ਦੁੰਦਿਆਂ ਗੋੜੀਆਂ ਤੇ ਘੋੜੀਏ ਘੋੜਾ ਟਕਰਾਇਆ ਹੋਇਆ ਨੇ? ਅੱਛਾ ਚਲੋ ਮਾਸ਼ਾਅੱਲਾ। ਘੋੜੀ ਬਾਬੇ ਦੀ ਕੀਮਤੀ ਹੈ, ਲੇਕਿਨ ਥੋੜ੍ਹੀ ਜਿਹੀ ਸਾਂਭ ਦੀ ਵਜ੍ਹਾ ਨਾਲ ਨਾ ਘੋੜੀ ਰਹੀ ਹੋਈ ਹੈ। ਵਾਪਸੀ ਦਾ ਟਾਈਮ ਹੋ ਗਿਆ ਔਰ ਮੈਂ ਨਿਕਲ ਰਿਹਾ ਅਤੇ ਇਲਾਕਾ ਦੇ ਹਾਲਾਤ ਤੁਸੀਂ ਕਹਿੰਦੇ ਪਏ ਹੋ ਵੀ ਕਿਹੋ ਕਿਹੋ ਜਗ੍ਹਾ ਦੇ, ਕਿਹੋ ਕਿਹੋ ਜਿਹੀ ਜਗ੍ਹਾ ਦੇ ਉੱਤੇ ਫਿਰਨਾ ਪਾਉਂਦਾ ਮੈਂ, ਜਿੱਥੇ ਬੰਦੇ ਦਿਨ ਵੀ ਸਫ਼ਰ ਕਰਨ ਤੋਂ ਘਬਰਾਉਂਦੇ ਅਤੇ ਕੰਮ ਕੋਈ ਸੌਖਾ ਨਹੀਂ ਹੈ। ਅਤੇ ਬਾਕੀ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿਓ ਵੀ, ਆਹ ਵੇਖ ਲਓ ਵੀ ਅਸੀਂ ਸ਼ੌਕ ਮਗਰ ਕੀ ਕਰਦੇ ਹਾਂ। ਤੁਸੀਂ ਸਿਰਫ ਨਾ ਇੱਕ ਬਟਨ ਪ੍ਰੈਸ ਕਰਨਾ ਹੁੰਦਾ ਚੈਨਲ ਬੈਲ ਆਈਕਨ ਵਾਲਾ ਔਰ ਸਬਸਕ੍ਰਾਈਬ ਕਰਨਾ, ਉਹ ਯਕੀਨਨ ਸਾਡੇ ਕੰਮ ਦੀ ਤਾਈਦ ਹੁੰਦੀ ਹੈ ਔਰ ਸਾਡਾ ਰਿਵਾਰਡ ਹੋ ਹੀ ਹੁੰਦਾ। ਅਤੇ ਅਸੀਂ ਇਨਸ਼ਾਅੱਲਾ ਤੁਹਾਨੂੰ ਅੱਛੀਆਂ ਅੱਛੀਆਂ ਵੀਡੀਓ ਦਿਖਾਵਾਂਗੇ। ਔਰ ਮਗਰਬ ਦਾ ਟਾਈਮ ਹੋ ਗਿਆ, ਲਾਈਟ ਜਾ ਰਹੀ ਹੈ, ਰਸਤਾ ਵੀ ਤੁਹਾਡੇ ਸਾਹਮਣੇ ਹੈ, ਮੈਂ ਕਿੱਥੇ ਸਫ਼ਰ ਕਰਦਾ ਵੇ।